ਰੋਦ ਇਸ ਤਨ ਤੇ ਮਾਂ ਕਰੋਦ ਇਸ ਤਨ ਤੇ ਮਾਂ ਹੋਏ ਰਹੀਏ ਸਗਲ ਕੀਰੀਨਾ ਹੋਏ ਰਹੀਏ ਸਗਲ ਕੀਰੀਨਾ ਘੱਟ ਘੱਟ ਰਮਈਆ ਸਭ ਮੈਂ ਜੀਨਾ ਘੱਟ ਘੱਟ ਰਮਈਆ ਸਭ ਮੈਂ ਜੀਨਾ ਗੁਰ ਕੇ ਚਰਨ ਕਮਲ ਨਮਸਕਾਰ 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 ਇਨ ਬਿਦ ਰਮੋ ਗੋਪਾਲ ਗੋਬਿੰਦ ਇਨ ਬਿਦ ਰਮੋ ਗੋਪਾਲ ਗੋਬਿੰਦ ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਧਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜਿੰਦ ਗੁਰ ਕੇ ਚਰਨ ਕਮਲ ਨਮਸਕਾਰ ਗੁਰ ਕੇ ਚਰਨ ਕਮਲ ਨਮਸਕਾਰ ਆਠ ਪੈਰ ਹਰ ਕੇ ਗੁਣ ਗਾਓ ਜੀ ਪ੍ਰਾਨ ਕਾ ਇਹ ਸੁਆਓ ਤਜ ਅਭਿਮਾਨ ਜਾਨ ਪ੍ਰਭ ਸੰਗ ਪ੍ਰਭ ਸੰਗ ਸਾਧ ਪ੍ਰਸਾਦ ਹਰ ਸਿਓ ਮਨ ਰੰਗ ਪ੍ਰਸਾਦ ਹਰ ਸਿਓ ਮਨ ਰੰਗ ਜਿਨ ਤੂੰ ਕੀਆ ਤਿਸ ਕੋ ਜਾਣ ਜਿਨ ਤੂੰ ਕੀਆ ਤਿਸ ਕੋ ਜਾਣ ਆਕੇ ਦਰਗਹਿ ਪਾਵੇ ਮਾਨ ਆਕੇ ਦਰਗਹਿ
ਮਨ ਤਨ ਨਿਰਮਲ ਹੋਏ ਨਿਹਾਲ, ਮਨ ਤਨ ਨਿਰਮਲ ਹੋਏ ਨਿਹਾਲ, ਰਸਨਾ ਨਾਮ ਜਪਤ ਗੋਪਾਲ, ਨਾਮ ਜਪਤ ਗੋਪਾਲ, ਕਰ ਕਿਰਪਾ ਮੇਰੇ ਦੀਨ ਦਿਆਲਾ, ਕਰ ਕਿਰਪਾ ਮੇਰੇ ਦੀਨ ਦਿਆਲਾ, ਸਾਧੂ ਕੀ ਮਨ ਮੰਗੇ ਰਵਾਨਾ, ਸਾਧੂ ਕੀ ਮਨ ਮੰਗੇ ਰਵਾਨਾ, ਹੋ ਦਿਆਲ ਦਿਓ ਪ੍ਰਭਦਾਨ, ਦਿਆਲ ਦਿਓ ਪ੍ਰਭਦਾਨ, ਨਾਨਕ ਜਪ ਜੀਵੇ ਪ੍ਰਭ ਨਾਮ, ਨਾਨਕ ਜਪ ਜੀਵੇ ਪ੍ਰਭ ਨਾਮ, ਹੋ ਦਿਆਲ ਦਿਓ ਪ੍ਰਭਦਾਨ, ਨਾਨਕ ਜਪ ਜੀਵੇ ਪ੍ਰਭ ਨਾਮ, ਨਾਨਕ ਜਪ ਜੀਵੇ ਪ੍ਰਭ ਨਾਮ, ਗੁਰ ਕੇ ਚਰਨ ਕਮਲ ਨਮਸਕਾਰ, ਗੁਰ ਕੇ ਚਰਨ ਕਮਲ ਨਮਸਕਾਰ, ਗੁਰ ਕੇ ਚਰਨ ਕਮਲ ਨਮਸਕਾਰ, ਚਰਨ ਕਮਲ ਨਮਸਕਾਰ, ਕਾਮ ਕ੍ਰੋਧ ਇਸ ਤਨ ਤੇ ਪਾਰ, ਕਾਮ ਕ੍ਰੋਧ ਇਸ ਤਨ ਤੇ ਪਾਰ, ਕਾਮ ਕ੍ਰੋਧ ਇਸ ਤਨ ਤੇ ਮਾਰ, ਕਾਮ ਕ੍ਰੋਧ ਇਸ ਤਨ ਤੇ ਮਾਰ, ਹੋਏ ਰਹੀਏ ਸਜਣ ਕੀਰਨਾ, ਹੋਏ ਰਹੀਏ ਸਗਲ ਕੀਰਨਾ, ਸਗਲ ਕੀਰਨਾ, ਘਟ ਘਟ ਰਮਈਆ ਸਭ ਮੈਂ ਚੀਨਾ, ਘਟ ਘਟ ਰਮਈਆ ਸਭ ਮੈਂ ਚੀਨਾ, ਗੁਰ ਕੇ ਚਰਨ ਕਮਲ ਨਮਸਕਾਰ, ਗੁਰ ਕੇ ਚਰਨ ਕਮਲ ਨਮਸਕਾਰ, 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 ਗੁਰ ਕੇ ਚਰਨ ਕਮਲ ਨਮਸਕਾਰ, ਗੁਰ ਕੇ ਚਰਨ ਕਮਲ ਨਮਸਕਾਰ, ਨਮਸਕਾਰ, ਵਾਹਿਗੁਰੂ, 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 ਵਾਹਿਗੁਰੂ,
ਸਾਰੇ ਪਿਆਰ ਨਾਲ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰੋ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਨਮਸਕਾਰ ਕਰ ਹਿਰਦੇ ਮਾਹੇ, ਬੋਲੋ ਨਮਸਕਾਰ ਕਰ ਹਿਰਦੇ ਮਾਹੇ, ਨਮਸਕਾਰ ਕਰ ਹਿਰਦੇ ਮਾਹੇ, ਨਮਸਕਾਰ ਕਰ ਹਿਰਦੇ ਮਾਹੇ, ਫਿਰ ਤੇਰਾ ਆਵਣ ਨਾਹੀਂ, ਫਿਰ ਤੇਰਾ ਆਵਣ ਨਾਹੀਂ। ਹਾਂ, ਵੱਡੇ ਭਾਗ ਗੁਰੂ ਕੀਆਂ ਸੰਗਤਾਂ ਦੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਨੂੰ, ਜੋ ਪਿਆਰ ਵਾਲਾ ਸਿੱਖ ਨਮਸਕਾਰ ਕਰਦਾ ਹਿਰਦੇ ਵਿੱਚ ਉਹਨੂੰ ਜਪਦਾ ਹੈ, ਇਹ ਨਮਸਕਾਰ ਹੀ ਹੈ। ਜਦੋਂ ਤੁਸੀਂ ਉਹਨੂੰ ਜਪੋਗੇ ਨਾ ਹਿਰਦੇ ਵਿੱਚ, ਨਮਸਕਾਰ ਕਰ ਹਿਰਦੇ ਮਾਹੇ, ਤੁਹਾਡਾ ਆਮਣ ਜਾਮਣ ਮੁੱਕ ਜਾਏਗਾ, ਤੁਹਾਡਾ 84 ਦਾ ਗੇੜ ਮੁੱਕ ਜਾਏਗਾ। ਸਤਿਗੁਰੂ ਕਹਿੰਦੇ ਉਹਨੂੰ ਨਮਸਕਾਰਾਂ ਕਰਿਆ ਕਰੋ, ਅੱਠੇ ਪਹਿਰ ਗੁਰੂ ਹਾਜ਼ਰ ਨਾਜ਼ਰ ਹੈ, ਅੱਠੇ ਪਹਿਰ ਤੇਰੇ ਨਾਲ ਹੈ, ਉਹਦੇ ਰੰਗ ਨੂੰ ਮਾਣਿਆ ਕਰ, ਹਰ ਵੇਲੇ ਉਹਨੂੰ ਮਾਣਿਆ ਕਰ ਉਹਦੇ ਪ੍ਰੇਮ ਰੰਗ ਨੂੰ, ਕਿਉਂਕਿ ਤੇਰੇ ਨਾਲ ਹੈ ਅੱਠੇ ਪਹਿਰ। ਸੱਚੇ ਪਾਤਸ਼ਾਹ ਮੋਹਰ ਲਾਰੇ ਨੇ ਗਰੀਬ ਨਵਾਜ ਗੁਰੂ ਦੇ ਚਰਨ ਕਮਲ ਨੂੰ ਨਮਸਕਾਰ। ਇਹ ਜਿਹੜਾ ਕਾਮ ਹੈ, ਕ੍ਰੋਧ ਹੈ, ਸਤਿਗੁਰੂ ਜੀ ਕਹਿੰਦੇ ਇਸ ਤਨ ਤੇ ਮਾਰ, ਜਦੋਂ ਤੁਸੀਂ ਉਹਨੂੰ ਜਪੋਗੇ ਨਾ, ਉਹਨੂੰ ਨਮਸਕਾਰਾਂ ਕਰੋਗੇ, ਤੁਹਾਡੇ ਸਰੀਰ ਅੰਦਰੋਂ ਵਾਸ਼ਨਾ ਨਿਕਲ ਜਾਏਗੀ, ਤੁਹਾਡੇ ਸਰੀਰ ਅੰਦਰੋਂ ਕ੍ਰੋਧ ਮਰ ਜਾਏਗਾ,
ਕਾਮ ਮਰ ਜਾਏਗਾ। ਸਤਿਗੁਰੂ ਜੀ ਕਹਿੰਦੇ ਜਿਹੜੇ ਤੁਹਾਨੂੰ ਅੱਠੇ ਪੈਰ ਭਟਕ ਨਾ ਲਾਈ ਰੱਖਦੇ ਨੇ, ਇਹ ਸ਼ਾਂਤ ਹੋ ਜਾਂਦੇ। ਸ਼ਾਂਤ ਪਾਈ ਗੁਰ ਸਤਿਗੁਰੂ ਪੂਰੇ, ਸੁੱਖ ਉਪਜੇ ਬਾਜੇ ਅਣਹਦ ਤੁਰੇ। ਗੁਰੂ ਨਾਨਕ ਦਾ ਇੱਕ ਬੜਾ ਪਿਆਰਾ ਸਿੱਖ ਸੀ, ਬੜਾ ਪਿਆਰਾ ਸਿੱਖ। ਉਹ ਇੱਕ ਵਜੇ ਉੱਠ ਕੇ ਨਾ ਨਮਸਕਾਰਾਂ ਕਰਦਾ ਸੀ, ਨਾਮ ਜਪਦਾ ਸੀ। ਇੱਕ ਵਜੇ ਉੱਠ ਕੇ ਨਮਸਕਾਰ ਕਰਨ, ਨਾਮ ਜਪਣਾ। ਜਿਹੜੀ ਉਹਦੀ ਘਰਵਾਲੀ ਸੀ ਉਹ ਪਹਿਰਾ ਦਿੰਦੀ ਸੀ, ਉਹ ਬਾਹਰ ਮੋਹਰੇ ਖੜ ਜਾਂਦੀ ਸੀ ਕਿ ਮੇਰੇ ਪਤੀ ਨਾਮ ਜਪ ਰਿਹਾ, ਬੰਦਗੀ ਕਰ ਰਿਹਾ, ਇਹਨੂੰ ਕੋਈ ਤੰਗ ਨਾ ਕਰੇ। ਅਤੇ ਸਾਧ ਸੰਗਤ ਤੋਂ ਪਹਿਰੇ 'ਤੇ ਖੜੀ ਨਾਮ ਜਪੀ ਜਾਂਦੀ ਸੀ। ਅਤੇ ਸਿੱਖ ਅੰਦਰ ਬੈਠ ਕੇ ਚੌਂਕੜਾ ਲਾ ਕੇ ਜਪਦਾ ਸੀ। ਕੱਚਾ ਕਮਰਾ ਸੀ, ਕੱਚਾ ਕੋਠਾ, ਇੱਕ ਉਹਨਾਂ ਦਾ ਬੱਚਾ ਸੀ, ਦੋ ਤਿੰਨ ਸਾਲ ਦਾ ਛੋਟਾ ਜਿਹਾ ਬੱਚਾ ਵੀ ਸੀ। ਅਤੇ ਸਾਹ ਗਰੀਬੀ ਇੰਨੀ ਕੁ ਸੀ, ਅੱਤ ਦੀ ਗਰੀਬੀ, ਪ੍ਰਸ਼ਾਦਾ ਕਦੇ ਛਕ ਲਿਆ ਕਦੇ ਨਾ ਛਕਿਆ। ਯਾਨੀ ਧਰਮ ਦੀ ਕਿਰਤ ਕਰਦੇ ਸੀ, ਕਰਦੇ ਓਨੀਓ ਕੀ ਸੀ ਜਿੰਨਾ ਕੋ ਪ੍ਰਸ਼ਾਦਾ ਛਕਣਾ। ਅਤੇ ਸਾਧ ਸੰਗਤ ਕਈ ਕਈ ਮੌਕੇ ਸਾਧ ਸੰਗਤ ਪ੍ਰਸ਼ਾਦਾ ਛਕਦੇ ਹੀ ਨਹੀਂ ਸੀ। ਅਤੇ ਗੁਰੂ ਨਾਨਕ ਨਾਲ ਰੱਬ ਨਾਲ ਇੰਨਾ ਪਿਆਰ, ਇੰਨਾ ਪਿਆਰ, ਸਾਸ ਅੱਠੇ ਭਗਤ ਉਹਦੇ ਪਿਆਰ ਵਿੱਚ ਹੀ ਜੁੜੇ ਰਹਿਣਾ। ਅਤੇ ਸਾਸ ਉਹਦੇ ਰੰਗ ਨੂੰ ਮੰਨਣਾ, ਰੰਗ ਨੂੰ ਮਾਣਿਆ ਕਰੋ। ਸਾ ਰੰਗ ਨੂੰ ਮੰਨਣਾ ਕੁਛ ਹੋਰ ਹੈ, ਬੋਲਣਾ ਕੁਛ ਹੋਰ ਹੈ, ਸਾਧ ਸੰਗਤ ਕਹਿਣਾ ਕੁਛ ਹੋਰ ਹੈ, ਪਰ ਜਿਹਨਾਂ ਨੇ ਮਾਣਿਆ ਨਾ ਨਜ਼ਾਰੇ ਤੋਂ ਨਹੀਂ ਲਏ, ਉਹਨਾਂ ਨੇ ਲਏ ਸਾਧ ਸੰਗਤ ਜੀ। ਉਹ ਗੁਰੂ ਦਾ ਸਿੱਖ ਆਨੰਦ ਲੈਂਦਾ ਸੀ, ਪਿਆਰ ਮੰਨਦਾ ਸੀ, ਪਰਮੇਸ਼ਰ ਦੇ ਪਿਆਰ ਨੂੰ ਮੰਨਦਾ ਸੀ। ਗੁਰੂ ਨਾਨਕ ਸਾਹਿਬ ਦੇ ਘਰ ਚਲੇ ਗਏ ਉਹਦੇ ਦਰਸ਼ਨ ਕਰਨ ਵਾਸਤੇ। ਮਰਦਾਨੇ ਨੂੰ ਕਹਿੰਦੇ ਚੱਲ ਮਰਦਾਨਿਆ, ਅੱਜ ਉਸ ਸਿੱਖ ਦੇ ਦਰਸ਼ਨ ਕਰਾਉਣਾ ਜਿਹੜਾ ਸਿੱਖ 24 ਘੰਟੇ ਰੱਬ ਨਾਲ ਪਿਆਰ ਕਰਦਾ, ਪ੍ਰੇਮ ਕਰਦਾ, ਉਹਦੇ ਰੰਗ ਨੂੰ ਮੰਨਦਾ। ਧੰਨ ਗੁਰੂ ਨਾਨਕ ਸਾਹਿਬ ਜਦੋਂ ਗਏ ਤੇ ਰਾਤ ਦਾ ਇੱਕ ਵੱਜਿਆ ਸੀ, ਤੇ ਸਾਧ ਸੰਗਤ ਮਰਦਾਨੇ ਨੂੰ ਭੁੱਖ ਵੀ ਬੜੀ ਲੱਗੀ ਸੀ, ਪਰ ਸਿੱਖ ਬੰਦਗੀ ਕਰ ਰਿਹਾ ਸੀ। ਜਦੋਂ ਗੁਰੂ ਬਾਬਾ ਜੀ ਗਏ ਨਾ ਉਹਨਾਂ ਦੇ ਘਰੇ, ਸਾਧ ਸੰਗਤ ਉਹਨਾਂ ਨੂੰ ਬੜਾ ਆਨੰਦ ਆਇਆ, ਸਾਡੇ ਘਰੇ ਗੁਰੂ ਸਾਹਿਬ ਜੀ ਆਏ। ਅਤੇ ਸਾਧ ਸੰਗਤ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਉਹ ਸਿੱਖ ਦੇ ਘਰੇ ਜਦੋਂ ਚਲੇ ਗਏ, ਸਿੱਖ ਨੇ ਆਸਣ ਲਾਇਆ, ਵਿਛਾਈ ਕੀਤੀ, ਜੋ ਵੀ ਉਹਦੇ ਘਰ ਵਿੱਚ ਸੀ ਕੋਈ ਚਾਦਰ ਸੀ ਉਹ ਵਿਛਾ ਦਿੱਤੀ, ਮੇਰੇ ਬਾਬਾ ਜੀ ਬੈਠ ਗਏ, ਮਰਦਾਨਾ ਵੀ ਬੈਠ ਗਿਆ। ਅਤੇ ਗੁਰੂ ਦੇ ਪਿਆਰੇ ਸਿੱਖ ਉਹ ਬੇਨਤੀ ਕਰਦੇ, ਸੱਚੇ ਪਾਤਸ਼ਾਹ ਕੀ ਸੇਵਾ ਕਰੀਏ। ਗੁਰੂ ਨਾਨਕ ਸਾਹਿਬ ਕਹਿੰਦੇ ਜੋ ਮਰਜ਼ੀ ਸੇਵਾ ਕਰ। ਮਰਦਾਨੇ ਨੂੰ ਭੁੱਖ ਲੱਗੀ ਸੀ, ਸਿੱਖ ਕਹਿੰਦਾ ਘਰ ਵਾਲੀ ਨੂੰ ਕਹਿੰਦਾ ਲਿਆ ਕੁਝ ਛਕਾਈਏ, ਆਪਣੇ ਘਰੇ ਗੁਰੂ ਆਇਆ, ਆਪਣੇ ਘਰੇ ਉਹ ਕੁੱਲ ਕਾਇਨਾਤ ਦਾ ਮਾਲਕ ਆਇਆ, ਜਿਹਨੂੰ ਜਪਦੇ ਹਾਂ ਆਪਾਂ ਨੂੰ ਦਰਸ਼ਨ ਦੇਣ ਵਾਸਤੇ ਆਇਆ। ਅਤੇ ਸਾਧ ਸੰਗਤ ਘਰ ਵਾਲੀ ਕੀ ਕਹਿੰਦੀ, ਕਹਿੰਦੀ ਪਤੀ ਸੁੱਖ ਹੈ, ਘਰੇ ਕੁਝ ਨਹੀਂ ਹੈ ਖਾਣ ਨੂੰ, ਸੁੱਖ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਬੀਬਾ ਲੋਨ ਦੀ ਡਲੀ ਪਾਣੀ 'ਚ ਘੁਲ ਕੇ ਪਿਆ ਦਿਓ। ਅਤੇ ਬੀਬੀ ਕਹਿਣ ਲੱਗੀ ਪਾਤਸ਼ਾਹ ਲੋਨ ਦੀ ਵੀ ਸੁੱਖ ਹੈ, ਘਰ 'ਚ ਲੋਨ ਵੀ ਨਹੀਂ ਹੈ।
ਤੇ ਸਾਧ ਸੰਗ ਮਰਦਾਨਾ ਕਹਿਣ ਲੱਗਾ, ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਸੀ ਬੜਾ ਪਿਆਰਾ ਸਿੱਖ ਹੈ ਆਪਣਾ, ਇਹਦੇ ਘਰ ਵਿੱਚ ਤਾਂ ਲੋਨਵੀਂ ਕਾਨੂੰਨੀ ਹੈਗਾ, ਇਹ ਆਪਣੀ ਕੀ ਸੇਵਾ ਕਰੇਗਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਤੂੰ ਰਬਾਬ ਛੇੜ ਦੇਖ, ਅੰਮ੍ਰਿਤ ਦਾ ਵੇਲਾ ਹੈ, 2 ਵੱਜ ਗਏ, ਅੰਮ੍ਰਿਤ ਦਾ ਵੇਲਾ, ਰਬਾਬ ਛੇੜ ਮਰਦਾਨਿਆ, ਇਹ ਸਿੱਖ ਨੇ ਮੈਨੂੰ ਸਾਰਾ ਕੁਝ ਵੇਚਿਆ ਹੋਇਆ, ਮਨ ਵੇਚੇ ਸਤਿਗੁਰ ਕੇ ਪਾਸ, ਪੜ੍ਹ ਲੈਣਾ ਕੁਛ ਹੋਰ ਹੈ ਪਰ ਮਨ ਦੇ ਦੇਣਾ ਤੇ ਉਸ ਰੰਗ ਨੂੰ ਮਾਣਨਾ ਉਹ ਕੁਝ ਹੋਰ ਗੱਲ ਹੈ। ਸਤਸੰਗ ਮੇਰੇ ਵਰਗਾ ਕਹਿ ਹੀ ਸਕਦਾ, ਮਨ ਵੇਚੇ ਸਤਿਗੁਰ ਕੇ ਪਾਸ, ਤੇ ਇਸ ਸੇਵਕ ਕੇ ਕਾਰ ਆਪਾਂ ਤਾਂ ਇਹ ਨਹੀਂ ਪਤਾ ਵੀ ਆਪਣਾ ਕਾਰਜ ਕਿਹੜਾ, ਜਿਹੜਾ ਰਾਸ ਆਉਣਾ ਹੈ, ਆਪਾਂ ਤਾਂ ਦੁਨਿਆਵੀ ਕਾਰਜਾਂ 'ਚ ਹੀ ਫਸੇ ਪਏ ਨੇ। ਮੇਰਾ ਮੁੰਡੇ ਦਾ ਵਿਆਹ ਹੋ ਜੇ, ਬਾਹਲੀਆਂ ਬੀਬੀਆਂ ਹੀ ਕਹਿੰਦੀਆਂ ਸਾਡੇ ਪੁੱਤ ਦਾ ਸੰਜੋਗ ਹੀ ਖੁੱਲ੍ਹ ਜੇ, ਉਹ ਇੰਨੀ ਸੇਵਾ ਵੀ ਕਰਦਾ ਫਿਰ ਵੀ ਨਹੀਂ ਵਿਆਹ ਹੋ ਰਿਹਾ। ਸਾਧ ਸੰਗਤ ਉਹ ਸੰਜੋਗਾਂ ਦੀ ਅਰਦਾਸ ਕਰਾਈ ਜਾਂਦੀ, ਕੋਈ ਸਾਧ ਸੰਗਤ ਮੇਰਾ ਕੰਮ ਹੀ ਨਹੀਂ ਚੱਲਦਾ, ਕਾਰੋਬਾਰ ਹੀ ਨਹੀਂ ਚੱਲਦਾ। ਇਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਹੈ, ਪਰ ਸਾਧ ਗੁਰੂ ਅੰਤਰਜਾਮੀ ਹੈ, ਉਹ ਜਾਣਦਾ ਹੈ, ਉਹਨੇ ਸਭ ਕੁਝ ਦੇ ਦੇਣਾ, ਉਹਨੇ ਦੇਣਾ ਸਿੱਖਾ ਤੋਂ ਉਹਦੇ ਰੰਗ ਨੂੰ ਮਾਣ ਤੋਂ ਉਹਦਾ ਬਣ ਜਾ, ਉਹ ਤੈਨੂੰ ਆਪੇ ਦੇ ਦੂ ਸਭ ਕੁਝ, ਉਹਨੇ ਤੇਰੇ ਸਾਰੇ ਕਾਰਜ ਰਾਸ ਕਰਦੇ, ਤੂੰ ਆਹ ਕਾਰਜ ਰਾਸ ਕਰਾ ਲਾ, ਜਿਸ ਕਾਰਜ ਨੂੰ ਰਾਸ ਕਰਾਉਣ ਵਾਸਤੇ ਜਨਮਾਂ ਜਨਮਾਂ ਦਾ ਭਟਕ ਰਿਹਾ, ਕਿਹੜਾ ਰਾਸ ਕਿਹੜਾ ਕਾਰਜ, ਮੈਨੂੰ ਉਹਦੀ ਪਛਾਣ ਆ ਜਾਈ ਤੇ ਮੈਂ ਉਹਦੇ 'ਚ ਅਭੇਦ ਹੋ ਜਾਵਾਂ। ਉਹਦੇ 'ਚ ਅਭੇਦ ਹੋਣਾ ਹੀ ਕਾਰਜ ਰਾਸ ਹੈ, ਇਹ ਜੀਵਾਤਮਾ ਭਟਕ ਰਹੀ ਨੇ। ਤੇ ਸੱਸ ਜਦੋਂ ਜਿੰਨੀ ਦੇਰ ਉਹਦੇ 'ਚ ਅਭੇਦ ਨਹੀਂ ਹੁੰਦੀ, ਸ਼ਬਦ ਵਿੱਚ ਜੁੜਦੀ ਨਹੀਂ, ਸ਼ਬਦ ਦਾ ਰਸ ਨਹੀਂ ਮੰਨਦੀ, ਉਨੀ ਦੇਰ ਵਿਚਾਰਾ ਅਧੂਰਾ ਹੀ ਹੈ ਜੀਵਨ। ਸਾਹ ਜਿਸ ਟਾਈਮ ਤੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਕੀਰਤਨ ਕਰ, ਤੇ ਸਾਹ ਆਪਾਂ ਵੱਡਾ ਜ਼ਿਆਦਾ ਲੰਬੀ ਸਾਖੀ ਨਾ ਕਰੀਏ, ਕਿ ਟਾਈਮ ਪਹਿਲਾਂ ਹੀ ਬੜੇ ਜ਼ਿਆਦਾ ਲੱਗ ਗਿਆ। ਅਤੇ ਸਾਧ ਗੁਰੂ ਨਾਨਕ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਉਹ ਸਿੱਖ ਨੇ ਆਪਣੇ ਕੇਸ ਸਾਧ ਉਹਨਾਂ ਦੀ ਡੋਰੀ ਬਣਾ ਕੇ ਵੇਚੀ, ਅਤੇ ਉਹਦਾ ਜਿਹੜਾ ਲਿਆਂਦੀ ਰਸਤ ਉਹਦਾ ਜਦੋਂ ਪ੍ਰਸ਼ਾਦ ਬਣਾਉਣ ਲੱਗੇ ਅਤੇ ਬੱਚਾ ਸੀ ਝੋਲੀ ਵਿੱਚ, ਅਤੇ ਸਾਧ ਸੰਗਤ ਤੋਂ ਬੀਬੀ ਪ੍ਰਸ਼ਾਦ ਬਣਾ ਰਹੀ ਸੀ, ਅਤੇ ਸਾਧ ਸੰਗਤ ਅਤੇ ਉਹਨੂੰ ਚੇਤਾ ਹੀ ਭੁੱਲ ਗਿਆ ਵੀ ਬੱਚਾ ਗੋਦੀ ਵਿੱਚ ਪਾਇਆ, ਅਤੇ ਸੁਰਤ ਗੁਰੂ ਨਾਨਕ ਵਿੱਚ ਜੁੜੀ ਹੋਈ ਸੀ, ਸੁਰਤ ਗੁਰੂ ਵਿੱਚ ਜੁੜੀ ਹੋਈ ਸੀ, ਕਾਲੀ ਨਾਲ ਉੱਠੀ, ਬੱਚਾ ਇੱਕਦਮ ਝੋਲੀ 'ਚ ਅੱਗ ਵਿੱਚ ਜਾ ਡਿੱਗਿਆ, ਚੁੱਲ੍ਹੇ 'ਚ ਜਾ ਡਿੱਗਿਆ, ਅਤੇ ਬੱਚਾ ਝੁਲਸ ਗਿਆ। ਹੁਣ ਸੋਚਦੀ ਹੈ ਜੇ ਬੱਚੇ ਨੂੰ ਕੱਢਦੀਆਂ ਰਸਤ ਹੋਰ ਕੋਈ ਨਹੀਂ, ਅੱਜ ਗੁਰੂ ਨਾਨਕ ਰੱਬ ਘਰੇ ਆਇਆ ਅਤੇ ਛਕਾਵਾਂਗੇ ਕੀ, ਕੁਛ ਹੈ ਨਹੀਂ ਹੋਰ, ਅਤੇ ਜੇ ਬੱਚੇ ਨੂੰ ਨਹੀਂ ਕੱਢਦੀ ਤਾਂ ਬੱਚਾ ਮਰ ਜੂ, ਖਤਮ ਹੋ ਜੂ। ਇਸ ਕੀ ਸੋਚਿਆ ਵਰਨਾ ਬਣਿਆ ਵੀ ਬੱਚਾ ਤਾਂ ਗੁਰੂ ਨਾਨਕ ਦਾ ਹੀ ਹੈ, ਕੋਈ ਗੱਲ ਨਹੀਂ ਗੁਰੂ ਨਾਨਕ ਕੋਲ ਹੋਰ ਲੈ ਲਾਂਗੇ, ਪਰ ਅੱਜ ਗੁਰੂ ਨਾਨਕ ਘਰੇ ਆਇਆ, ਕਿਤੇ ਗੁਰੂ ਨਾਨਕ ਰੁੱਸ ਨਾ ਜਾਵੇ, ਕਿਤੇ ਖਾਲੀ ਹੋਈ ਨਾ ਚੱਲਿਆ ਜਾਵੇ, ਕਿਤੇ ਸੇਵਾ ਤੋਂ ਵਾਂਝੇ ਹੀ ਨਾ ਰਹਿ ਜਾਈਏ। ਸਾਧ ਸੰਗਤ ਤੋਂ ਬੀਬੀ ਨੇ ਕੜਾਹ ਪ੍ਰਸ਼ਾਦ ਤਿਆਰ ਕਰ ਲਿਆ, ਫਿਰ ਬੱਚੇ ਨੂੰ ਜਦੋਂ ਕੱਢਿਆ ਤੇ ਸਾਧ ਸੰਗਤ ਬੱਚਾ ਖਤਮ ਹੋ ਚੁੱਕਾ ਸੀ, ਉਸ ਉੱਪਰ ਚਾਦਰ ਪਾ ਦਿੱਤੀ, ਪ੍ਰਸ਼ਾਦ ਦਾ ਥਾਲ ਲਿਆ ਕੇ ਮੋਹਰੇ ਰੱਖਤਾ ਬਾਬਾ ਜੀ ਨੇ, ਆਖਿਆ ਸੱਚੇ ਪਾਤਸ਼ਾਹ ਪ੍ਰਸ਼ਾਦ ਛਕੋ। ਜਦੋਂ ਧੰਨ ਗੁਰੂ ਨਾਨਕ ਸਾਹਿਬ ਪ੍ਰਸ਼ਾਦ ਛਕਣ ਲੱਗੇ, ਕਹਿੰਦੇ ਤੁਹਾਡੇ ਬੱਚੇ ਕਿੰਨੇ? ਕਹਿੰਦੇ ਜੀ ਅਸੀਂ ਤੁਹਾਡੇ ਬੱਚੇ ਹੀ ਹਾਂ। ਕਹਿਣ ਲੱਗੇ ਨਹੀਂ, ਸਾਡੇ ਬੱਚਿਆਂ ਦੇ ਵੀ ਇਉਂ ਗੁਰੂ ਨਾਨਕ ਨੂੰ ਫਿਕਰ ਪੈ ਜੇ,
ਸਿੱਖਾਂ ਤੋਂ ਗੁਰੂ ਨਾਨਕ ਨਾਲ ਪਿਆਰ ਇੰਨਾ ਕੁ ਕਰ ਕਿ ਤੈਨੂੰ ਮੰਗਣ ਦੀ ਲੋੜ ਨਾ ਪਵੇ। ਉਹ ਆਪੇ ਖੁਸ਼ ਹੋ ਕੇ ਤੈਨੂੰ ਜਿਹੜੀ ਦਾਤ ਦੇਗਾ ਨਾ ਉਹਦਾ ਆਨੰਦ ਹੀ ਵੱਖਰਾ ਹੈ। ਸਾਧ ਸੰਗਤ ਆਖੇ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਬੱਚੇ ਹਾਂ। ਪ੍ਰਸ਼ਾਦ ਸ਼ਕੋ ਕਹਿੰਦੇ ਨਹੀਂ ਸਾਡੇ ਬੱਚਿਆਂ ਦੇ ਵੀ ਤਾਂ ਬੱਚਾ ਹੋਣਾ ਚਾਹੀਦਾ ਨਾ। ਕਹਿੰਦੇ ਜੀ ਇੱਕ ਹੈ। ਕਹਿੰਦੇ ਕਿੱਥੇ ਸੁੱਤਾ ਪਿਆ? ਕਹਿੰਦੇ ਲਿਆਓ ਜਗਾ ਕੇ। ਨੇਤਰਾਂ 'ਚ ਜਾਲਾ ਪਾਤਸ਼ਾਹ ਅਸੀਂ ਨਹੀਂ ਜਗਾ ਸਕਦੇ, ਉਹ ਜਗਾ ਨਹੀਂ ਸਕਦੇ ਅਸੀਂ ਪਾਤਸ਼ਾਹ, ਤੂੰ ਹੀ ਜਗਾ ਸਕਦਾ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਪਹਿਲਾਂ ਬੱਚੇ ਨੂੰ ਜਗਾਈ। ਸੱਚੇ ਪਾਤਸ਼ਾਹ ਕੋਲ ਚਲੇ ਗਏ, ਕਹਿਣ ਲੱਗੇ ਉੱਠ ਸੁਭਾਗਿਆ। ਗੁਰੂ ਸਾਹਿਬ ਨੇ ਨਾਂ ਨਹੀਂ ਪੁੱਛਿਆ ਤੁਸੀਂ ਬੱਚੇ ਦਾ ਨਾਂ ਕੀ ਰੱਖਿਆ। ਗੁਰੂ ਸਾਹਿਬ ਕਹਿੰਦੇ ਸੁਭਾਗਿਆ ਉੱਠ ਸੌ ਭਾਗ ਕੋਲੋਂ ਦੇ ਕੇ। ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਆਪਾਂ ਨੂੰ ਨਿਰੰਕਾਰ ਮੂਲ ਦੇ ਕੇ ਭੇਜਦਾ ਨਾ, ਸਵਾਸਾਂ ਦੀ ਪੂੰਜੀ ਮੂਲ ਦੇ ਕੇ ਭੇਜਦਾ, ਤੇ ਜੇ ਸਿੱਖ ਇੱਥੇ ਹੀ ਗਵਾ ਕੇ ਚਲਿਆ ਜਾਵੇ ਤੇ ਫਿਰ ਕਹਿੰਦਾ ਤੂੰ ਤਾਂ ਮੂਲ ਵੀ ਗਵਾ ਕੇ ਆ ਗਿਆ, ਮੂਲ ਵੀ ਨਹੀਂ ਵਾਪਸ ਲੈ ਕੇ, ਦੱਸ ਤੈਨੂੰ ਕੀ ਹੋਰ ਦਿਆਂ। ਤੇ ਕਈ ਮੂਲ ਨਾਲ ਵਿਆਜ ਵੀ ਲਾ ਕੇ ਲੈ ਜਾਂਦੇ ਨੇ, ਸਾਧ ਸੰਗਤ ਆਪ ਵੀ ਜਪਦੇ ਦੂਜਿਆਂ ਨੂੰ ਵੀ ਜਪਾਉਂਦੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉੱਠ ਸੁਭਾਗਿਆ ਤੇਰੇ ਘਰ ਆਏ ਆ ਸੁੱਤਾ ਪਿਆ। ਸਾਧ ਸੰਗਤ ਜਦੋਂ ਆਵਾਜ਼ ਮਾਰੀ, ਜਿਹਨੂੰ ਹੁਣ ਬਾਬਾ ਆਵਾਜ਼ ਮਾਰੇ, ਜਿਹਦੀ ਦ੍ਰਿਸ਼ਟੀ ਸਾਰੀ ਕਾਇਨਾਤ ਹੋਵੇ, ਜਿਹਦੇ ਹੁਕਮ ਵਿੱਚ ਲੱਖ ਦਰਿਆ ਹੋਣ, ਜਿਹਦੇ ਹੁਕਮ ਵਿੱਚ ਅੱਗ ਅੰਗਿਆਰ ਕੱਢਦੀ ਹੋਵੇ, ਜਿਹਦੇ ਹੁਕਮ ਵਿੱਚ ਪਾਣੀ ਹੋਵੇ, ਹਵਾ ਹੋਵੇ, ਸਭ ਕੁਝ ਧਰਮ ਰਾਜ ਜਿਹਦੇ ਹੁਕਮ ਵਿੱਚ ਹੋਵੇ, ਉਹ ਬਾਬਾ ਜੇ ਆਵਾਜ਼ ਮਾਰੇ ਉੱਠ ਪਈ ਤੇ ਫਿਰ ਉੱਠੇ ਕਿਵੇਂ ਨਾ ਬੱਚਾ ਸਤਨਾਮ ਕਹਿ ਕੇ ਉੱਠ ਬੈਠਾ। ਸਾਧ ਸੰਗਤ ਜਿਉਂਦਾ ਹੋ ਗਿਆ। ਸਤਿਗੁਰੂ ਮੇਰਾ ਮਾਰ ਜਵਾਲੇ, ਮੇਰਾ ਸਤਿਗੁਰੂ, ਮੇਰਾ ਸਤਿਗੁਰੂ ਮਾਰਨ ਤੇ ਜਵਾਲਣ ਦੀ ਸਮਰੱਥਾ ਰੱਖਦਾ। ਮੇਰੇ ਸਤਿਗੁਰੂ ਤੋਂ ਬਿਨਾਂ, ਸਾਸ ਹਰੀ ਤੋਂ ਬਿਨਾਂ ਕੋਈ ਮਾਰ ਹੀ ਨਹੀਂ ਸਕਦਾ। ਹਰ ਬਿਨ ਕੋਈ ਮਾਰ ਜਵਾਲ ਨਾ ਸਕੇ, ਮਨ ਹੋਏ ਨਿਚਿੰਦ ਨਿਸਲ ਹੋਏ ਰਹੀ। ਤੂੰ ਕੀ ਕੰਮ ਕਰ, ਉੱਠਦਿਆਂ ਬਹਿੰਦਿਆਂ ਸੌਂਦਿਆਂ ਸਦਾ ਹਰ ਨਾਮ ਧਿਆਈਏ, ਜਨਾਂ ਨੂੰ ਗੁਰਮੁਖ ਹਰ ਲਈਏ। ਤੂੰ ਤਾਂ ਨਾਮ ਹੀ ਆ ਬਸ ਇਹੀ ਕਰਨ। ਸੱਚੇ ਪਾਤਸ਼ਾਹ ਸੁਭਾਗੇ ਨੂੰ ਜਿਉਂਦਾ ਕਰਤਾ, ਬੱਚੇ ਨੂੰ ਜਿਉਂਦਾ ਕਰਤਾ। ਜਦੋਂ ਸਾਧ ਸੰਗ ਪ੍ਰਸ਼ਾਦ ਛਕਣ ਲੱਗੇ, ਗੁਰੂ ਨਾਨਕ ਸਾਹਿਬ ਨੇ ਪ੍ਰਸ਼ਾਦ ਛਕਿਆ, ਮਰਦਾਨੇ ਨੂੰ ਦਿੱਤਾ, ਬਾਕੀ ਸਾਧ ਸੰਗਤ ਪਰਿਵਾਰ ਨੂੰ ਦਿੱਤਾ ਤੁਸੀਂ ਛਕ ਲਓ। ਮਰਦਾਨਾ ਜਦੋਂ ਛਕਣ ਲੱਗਾ ਨਾ, ਮਹਾਰਾਜ ਭੁੱਖ ਬੜੀ ਲੱਗੀ ਤਾਂ ਥੋੜ੍ਹਾ ਜਾਈਏ। ਸਤਿਗੁਰੂ ਕਹਿੰਦੇ ਛਕ ਤਾਂ ਸਹੀ, ਜਦੋਂ ਮਰਦਾਨੇ ਨੇ ਥੋੜ੍ਹਾ ਜਿਹਾ ਛਕਿਆ ਨਾ ਪ੍ਰਸ਼ਾਦ, ਇੰਨਾ ਰਾਸ ਆਇਆ, ਇੰਨਾ ਕੋ ਰਾਸ ਆਇਆ, ਮਰਦਾਨਾ ਤ੍ਰਿਪਤ ਹੋ ਗਿਆ, ਸਾਧ ਸੰਗ ਤ੍ਰਿਪਤ ਹੋ ਗਿਆ। ਸਤਿਗੁਰੂ ਕਹਿੰਦੇ ਮਰਦਾਨਿਆ ਕੀ ਹੋ ਗਿਆ? ਸਮਾਧੀ ਵਾਲੀ ਅਵਸਥਾ ਹੋ ਗਈ। ਮਰਦਾਨਾ ਕਹਿਣ ਲੱਗਾ ਪਾਤਸ਼ਾਹ ਇਹਦੇ 'ਚ ਕੀ ਪਾਇਆ ਇਹਨਾਂ ਨੇ? ਸੱਚੇ ਪਾਤਸ਼ਾਹ ਐਸਾ ਰਸ ਕਦੀ ਆਇਆ ਹੀ ਨਹੀਂ ਸੀ, ਇੱਕ ਇੰਨਾ ਰਸ, ਇੰਨਾ ਸਵਾਦਿਸ਼ਟ ਭੋਜਨ ਕਿ ਸੱਚੇ ਪਾਤਸ਼ਾਹ ਮੇਰੀਆਂ ਭੁੱਖਾਂ ਹੀ ਸਾਰੀਆਂ ਦੂਰ ਹੋ ਗਈਆਂ, ਮੈਨੂੰ ਤ੍ਰਿਪਤਾ ਆ ਗਈ, ਸ਼ਾਂਤੀ ਆ ਗਈ ਪਾਤਸ਼ਾਹ। ਕਹਿੰਦੇ ਕੀ ਪਾਇਆ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਤੂੰ ਹੀ ਦੱਸ ਦੇ, ਤੂੰ ਮਰਾਸੀ ਹੈ, ਸਭ ਕੁਝ ਤੈਨੂੰ ਪਤਾ, ਦੱਸ ਦੇ ਤੂੰ। ਮਰਦਾਨਿਆ ਕਹਿਣ ਲੱਗਾ ਪਾਤਸ਼ਾਹ ਮੇਰੀ ਜਿਹੜੀ ਰਸਨਾ ਹੈ ਨਾ, ਇਹ ਕਹਿਣ ਤੋਂ ਅਸਮਰੱਥ ਹੋ ਗਈ, ਮੈਂ ਨਹੀਂ ਦੱਸ। ਜੈਸੇ ਗੁੰਗੇ ਗੁੜ ਖਾਇਆ, ਮੇਰੀ ਗੁੰਗਿਆਂ ਵਾਲੀ ਅਵਸਥਾ ਬਣ ਗਈ। ਬਾਬਾ ਪਤਾ ਨਹੀਂ ਕੀ ਇਹ ਮੇਰੇ ਦਿਮਾਗ 'ਚ ਹੀ ਨਹੀਂ ਇਸ ਰਸ ਦਾ ਆ ਰਿਹਾ, ਵੀ ਇਹ ਕਾਹਦਾ ਰਸ ਹੈ? ਨਾ ਤਾਂ ਘਿਓ ਦਾ ਰਸ ਹੈ, ਨਾ ਆਟੇ ਦਾ, ਨਾ ਖੰਡ ਦਾ।
ਮਰਦਾਨਿਆ ਫਿਰ ਇਹ ਉਹ ਰਸ ਹੈ ਜਿਹੜਾ ਸਿੱਖ ਪਿਆਰ ਵਿੱਚ ਭਿੱਜ ਕੇ ਨਾਮ ਜਪਦਾ ਨਾ ਉਸ ਅਕਾਲ ਪੁਰਖ ਨਾਲ ਜੁੜਦਾ ਤੇ ਜਿਹੜਾ ਉਹ ਅਕਾਲ ਪੁਰਖ ਰੱਬ ਇਹਨੂੰ ਰੰਗ ਬਖਸ਼ਦਾ ਇਹ ਉਸ ਰੰਗ ਦਾ ਰਸ ਤੈਨੂੰ ਕਿਨਕਾ ਮਾਤਰਾ ਹੈ। ਤੇ ਸਾਧ ਸੰਗਤ ਮਰਦਾਨਾ ਬੜਾ ਖੁਸ਼ ਹੋ ਗਿਆ ਤੇ ਗੁਰੂ ਨਾਨਕ ਸਾਹਿਬ ਖੁਸ਼ ਹੋ ਗਏ। ਸਾਧ ਸੰਗਤ ਸਾਖੀ ਲੰਬੀ ਹੈ, ਗੁਰੂ ਨਾਨਕ ਸਾਹਿਬ ਜੀ ਨੇ ਉਸ ਬੱਚੇ ਦਾ ਨਾਮ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਮੇਰਾ ਨਾਮ ਸੁਭਾਗਾ ਮਾਂ ਲਾਲੀ ਪਿਓ ਲਾਲਾ ਮੇਰਾ ਹੋਂ ਲਾਲੇ ਕਾ ਜਾਇਆ ਲਾਲੀ ਨੱਚੇ ਲਾਲਾ ਗਾਵੇ ਭਗਤ ਕਰੋ ਤੇਰੀ। ਬੱਚੇ ਨੂੰ ਵੇਚਣ ਵਾਸਤੇ ਦੂਜੇ ਦਿਨ ਚਲੇ ਗਏ ਤੇ ਸਾਧ ਸੰਗਤ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਤੈਨੂੰ ਖਰੀਦੇਗਾ ਕੰਮ ਕਰਾਏ, ਕਹਿੰਦੇ ਪਾਤਸ਼ਾਹ ਜੋ ਮਰਜ਼ੀ ਕਰਾ ਲਏ। ਜਦੋਂ ਵੇਖੀ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਆ ਜਾ ਤੈਨੂੰ ਮੈਂ ਹੀ ਖਰੀਦਾਂਗਾ। ਸਾਧ ਸੰਗਤ ਗੁਰੂ ਨਾਨਕ ਸਾਹਿਬ ਜੀ ਵਾਪਸ ਮੋੜ ਲਿਆ। ਫਿਰ ਉਹ ਬੱਚੇ ਨੇ ਜਿਹੜੇ ਬੋਲ ਕਹੇ ਸੀ ਨਾ ਸਾਧ ਸੰਗਤ, ਗੁਰ ਕੀ ਬਚਨੀ ਹਾਟ ਦੁਕਾਨਾ ਜਿੱਤ ਲਾਇਆ ਤਿੱਤ ਲਾਗਾ, ਕਹਿੰਦੇ ਪਾਤਸ਼ਾਹ ਜੇ ਗੁਰੂ ਦੀ ਖਾਤਰ ਜੇ ਮੈਂ ਵਿਕ ਗਿਆ ਤੇ ਜਿੱਥੇ ਉਹ ਮੈਨੂੰ ਲਾਏਗਾ ਜਿਹੜਾ ਕੰਮ ਕਰਾਏਗਾ ਫਿਰ ਕਰਾਂਗਾ ਤੇਰੇ ਲਾਲੇ ਕਿਹਾ ਚਿਤਰਾਈ। ਕਹਿੰਦੇ ਫਿਰ ਉਹ ਗੋਲੇ ਦਾ ਗੋਲਾ ਚਿਤਰਾਈ ਕਿਵੇਂ ਕਰ ਸਕਦਾ ਸੱਚੇ ਪਾਤਸ਼ਾਹ? ਗਰੀਬ ਨਵਾਜ ਜੋ ਕਰਾਓਗੇ ਉਹੀ ਕਰਾਂਗਾ। ਸਸ ਇਉਂ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਖੁਸ਼ੀਆਂ ਬਖਸ਼ਿਸ਼ ਕੀਤੀਆਂ। ਆਓ ਵੱਡੇ ਭਾਗ ਤੁਹਾਡੇ ਸਾਰਿਆਂ ਦੇ ਗੁਰੂ ਨਾਨਕ ਸਾਹਿਬ ਦੇ ਪਿਆਰ ਵਿੱਚ ਜੁੜ ਰਹੇ ਹੋ। ਕਿੰਨੇ ਦਿਨਾਂ ਤੋਂ ਅੱਜ 47 ਦਿਨ ਹੋ ਗਏ, ਅੱਜ ਲਾਸਟ ਪ੍ਰਭਾਤ ਫੇਰੀ, ਲਾਸਟ ਨਹੀਂ ਇਹ ਸਦਾ ਆਨੰਦ ਬਣਿਆ ਰਹੇ। ਅੱਜ ਤੋਂ ਆਪਣੇ ਘਰਾਂ ਵਿੱਚ ਸਦਾ ਆਨੰਦ ਬਣਿਆ ਰਹੇ। ਕੱਲ ਨੂੰ ਕਿਤੇ ਸੌ ਨਾ ਜਾਇਓ, ਘਰੇ ਉੱਠ ਕੇ ਨਾਮ ਜਪ ਲਿਓ, ਇੱਥੇ ਆ ਕੇ ਜਪ ਲਿਓ। ਸਾਧ ਸੰਤ ਇਹ ਜਾਗ ਲੱਗਦੀ ਲੱਗਦੀ ਲੱਗ ਜਾਏ, ਆਪਣਾ ਜੀਵਨ ਬਣ ਜਾਏ। ਗੁਰੂ ਨਾਨਕ ਸਾਹਿਬ ਜੀ ਦੇ ਗੁਣ ਆਪਣੇ 'ਚ ਆ ਜਾਣ, ਉਹਦੇ ਰੰਗਾਂ ਨੂੰ ਮਾਣੀਏ ਸਾਧ ਸੰਗਤ, ਫਿਰ ਇਹ ਸਾਧ ਸੰਗਤ ਸਾਡੀਆਂ ਪ੍ਰਭਾਤ ਫੇਰੀਆਂ ਕੱਢੀਆਂ ਸਫਲ ਹੈ। ਇਹ ਇੱਕ ਵੀ ਗੁਣ ਆਪਾਂ ਧਾਰਨ ਕਰ ਲਿਆ, ਇੱਕ ਇੱਕ ਦੋ ਦੋ ਗੁਣ ਧਾਰਨ ਕਰ ਲਏ ਅਤੇ ਸਾਧ ਜੀਵਨ ਸਫਲ ਹੋ ਜਾਏਗਾ। ਆਓ ਸਤਿਗੁਰ ਕਿਰਪਾ ਕਰਨ ਤੁਹਾਨੂੰ ਸਾਰਿਆਂ ਨੂੰ ਨਾਮ ਰੰਗ ਵਿੱਚ ਰੰਗਣ, ਸਾਰਿਆਂ ਦੀ ਹਾਜ਼ਰੀ ਆਪਣੇ ਚਰਨਾਂ ਵਿੱਚ ਲਾਉਣ। ਸਭ ਦਾ ਜਨਮ ਮਰਨ ਕੱਟ ਦੇਣ ਮੇਰੇ ਬਾਬਾ ਜੀ, ਆਈ ਜਨਮ ਮਰਨ ਕੱਟਣ ਵਾਸਤੇ ਸੱਚੇ ਪਾਤਸ਼ਾਹ ਸਾਰਿਆਂ ਦਾ ਜਨਮ ਕੱਟ ਦੇਣ, ਸਾਰਿਆਂ ਨੂੰ ਆਪਣੇ ਨਾਮ ਦੀ ਦਾਤ ਚਰਨ ਕਮਲਾਂ ਦਾ ਪਿਆਰ ਬਖਸ਼ਿਸ਼ ਕਰਨ। ਆਓ ਵੱਡੀ ਭਾਗ ਗੁਰੂ ਕੀਆਂ ਸੰਤਾਂ ਦੇ ਜੀ ਆਇਆਂ ਨੂੰ, ਜੀ ਆਇਆਂ ਨੂੰ ਭਾਈ ਸਾਹਿਬ ਟਾਈਮ ਲਾਉਣਗੇ, ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਕੁਛ ਸਮਾਂ। ਆਓ ਸਾਰਿਆਂ ਨੇ ਇਸੇ ਤਰ੍ਹਾਂ ਇਕਾਗਰਤਾ ਬਣਾਉਣੀ ਹੈ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ, ਅਸੀਸ ਦਿਓ। ਦਾਸ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਜਾਏ, ਕਿਤੇ ਉਹ ਰੰਗ ਆਪਣੇ 'ਤੇ ਵੀ ਕਿਰਪਾ ਹੋ ਜਾਏ, ਉਸ ਰੰਗ ਨੂੰ ਮਾਣ ਲਈਏ, ਜੀਵਨ ਸਫਲ ਹੋ ਜਾਏ। ਬੇਨਤੀ ਅਰਦਾਸ ਕਰਿਓ ਕਿ ਗੁਰੂ ਨਾਨਕ ਸਾਹਿਬ ਜੀ ਦੇ ਰੰਗ ਵਿੱਚ ਰੰਗੀ ਜਾਈ, ਨਾਮ ਰੰਗ ਵਿੱਚ ਰੰਗੀ, ਗੁਰੂ ਕਿਰਪਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਿਆਰ ਨਾਲ ਅੱਖ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਤੂੰ ਹੀ।